ਇਧਰੋਂ ਆ ਗਈ ਉਹ ਆ ਗਈ ਉਹ ਆ ਗਈ ਇਧਰ ਬੜੀ 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 ਲਈ ਨਿਕਲ ਗਈ ਏ ਰਾਜੂ ਤੇਰੀਆਂ ਖੈਰਾਂ ਲਓ ਜੀ ਵੀਰੋ ਹੁਣ ਰਾਜ ਲਓ ਜੀ ਵੀਰੋ ਹੈ ਨਖਰਾ ਵੀ ਕਰ ਰਹੀ ਹੈ ਨਾਲ ਤਸਵੀਰਾਂ ਦੋ ਤਿੰਨ ਖਿੱਚ ਲਾ ਭਰਾ ਦਾ ਢੋਲ ਤੇ ਦੋਸਤੋ ਇੱਥੇ ਭੁੱਲ ਗਏ ਸੀ ਜਨਾਬ ਉਹ ਯਾਦ ਨਹੀਂ ਰਿਹਾ ਮੈਨੂੰ ਤੇ ਹੁਣ ਮੈਂ ਨਾ ਇਹਨੂੰ ਲੱਗਾ ਜੇ ਖੋਲਣ ਉਹ ਬਸ 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 ਮੋਟੋ ਹੁਣ ਨਾ ਚੱਕ ਲਈ ਜਾਈ ਠੀਕ ਆ ਆ ਮੋਟੋ ਵਾਸਤੇ ਬਣਾ ਕੇ ਲਿਆ ਸਾਲਣ ਤੇ ਮੋਟੋ ਹੁਣ ਲੱਗੀ ਛਾਲਾ ਮਾਰਨ ਹਟ ਜਾ ਪਿੱਛੇ ਉਹ ਸਾਰਾ ਰਾਜ ਹਾਦੀ ਨੇ ਲੀਕ ਕਰ ਦਿੱਤਾ ਛਾਪਰ ਦੇ ਵਿੱਚੋਂ ਲੈ ਉਹ ਥੱਲੇ ਵੀ ਨੁਚੜੀ ਜਾਂਦਾ ਸੀ ਭਾਈ ਉਹ ਬਸ ਲੈ ਤੈਨੂੰ ਹੀ ਦੇਣਾ ਅਸੀਂ ਅਲਾ ਚੱਟ ਲਾ ਇਹਨੂੰ ਅਲਾ ਘਿਓ ਚੱਟ ਲਾ ਇਹਨੂੰ ਅਲਾ ਚੱਟ ਲਾ ਸ਼ਾਬਾਸ਼ ਫੇਰ ਕਹਿੰਦੇ ਕੁੱਤੇ ਨੂੰ ਘਿਓ ਹਜਮ ਨਹੀਂ ਹੁੰਦਾ ਐਵੇਂ ਗੱਲਾਂ ਬਣੀਆਂ ਕੁੱਤੇ ਨੂੰ ਘਿਓ ਹਜਮ ਨਹੀਂ ਹੁੰਦਾ ਲੋਕੀ ਕਿਲੋ ਕਿਲੋ ਖਵਾ ਦਿੰਦੇ ਕੁੱਤੇ ਹਜਮ ਕਰ ਜਾਂਦੇ ਦੱਸ ਬਾਕੀ ਗੱਲ ਉਹ ਨਹੀਂ ਕਹਿੰਦਾ ਬਦਲਾਂਗੇ ਦੌਰ ਤੋਂ ਗੱਲ ਕਿਹੜੀ ਗਈ ਹੈ ਹੈ ਆਵਾ ਦੌਰ ਬਦਲ ਗਿਆ ਵਾ ਸਿੱਧੂ ਮੂਸੇ ਦੇ ਕਹਿਣੇ ਆ ਬਦਲ ਗਿਆ ਭਾਈ ਹੁਣ ਇਹ ਲਓ ਜੀ ਅੱਛਾ 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 ਕਹਿੰਦੀ ਵੀ ਭਲਾ ਕਹਿੰਦੀ ਆ ਮੈਂ ਆਪੇ ਚਿੱਥ ਲਾਂਗੀ ਤੂੰ ਪੂਰੀਆਂ ਹੀ ਬਾਜੇ ਮੇਰਾ ਦੰਦ ਹੈਗਾ ਕਹਿੰਦੀ ਮੈਂ ਜਵਾਨ ਆ ਹਲੇ ਤੇ ਮਰਲ ਉਹਦੇ ਅੱਗੇ ਯਾਦ ਰਾ ਬਾਬਾ ਜੀ ਗਾਰਨਿਸ਼ ਕਰਨ ਲੱਗੇ ਨਾ ਪੀਜ਼ਾ ਲਾਣ ਲੱਗੇ ਅਸੀਂ ਪੀਜ਼ਾ ਉਹ ਅੱਛਾ 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 ਭਈਆ ਨਾ ਉਹ ਕਹਿੰਦੀ ਮੈਂ ਹਾਂ ਦੇਖਿਆ ਉਧਰੋਂ ਉਹ ਵੀ ਤਾਂ ਦਿਖਾ ਨਾ ਯਾਰ ਉਧਰੋਂ ਦਿਖਾ ਪੁਛਾ ਦੇ ਉਹ ਚੈੱਕ ਕਰਾ ਦੇ ਉਹ ਕਹਿੰਦੀ ਮੈਂ ਆਪੇ ਚਿੱਥ ਲਾਂਗੀ ਤੂੰ ਮੈਨੂੰ ਬਸ ਰੱਖਣ ਵਾਲਾ ਬਣ ਗੱਲ ਮੇਰੀ ਸੁਣ ਰਹੇ ਗੱਲ ਸੁਣੀ ਦੋ ਅਸ਼ਲਾਨ ਭਾਈ ਯਾਰ ਕੁੱਤੀ ਕ੍ਰਾਸ ਕਰਾਈ ਇਹਦੀ ਖੁਰਾਕ ਪਾਈਏ ਇਹਨੂੰ ਗੋਸ਼ਤ ਨਾ ਪਾਈਏ ਜਿੱਦਣ ਦਾ ਲਿਆਨੇ ਉਦੋਂ ਦੇ ਗੋਸ਼ਤ ਕੁੱਤੇ ਦੀ ਖੁਰਾਕ ਹੀ ਗੋਸ਼ਤ ਆ ਗੋਸ਼ਤ ਨਾਲ ਕੁੱਤੀਆਂ ਬਾਇਆ ਨਹੀਂ ਹੁੰਦੀਆਂ ਜੇ ਸੋਨੀਆਂ ਮੁਕੱਦਰਾਂ 'ਚ ਲਿਖਿਆ ਹੋਵੇ ਆ ਤੁਹਾਡੇ ਸਾਹਮਣੇ ਮਾਸ਼ਾਅੱਲਾ ਨੇ ਖਾਣਾ ਜੇ ਤੇ ਇਹਨੇ ਸ਼ਾਮੀ ਕੱਚਾ ਵੀ ਖਾਣਾ ਹਲੇ ਠੀਕ ਆ ਹਲੇ ਸ਼ਾਮੀ ਇਹਨੇ ਚਿਕਨ ਕੱਚਾ ਵੀ ਖਾਣਾ ਆ ਦਿਖਾ ਕੇ ਜੂਮ ਕਰਕੇ ਦਿਖਾ ਜੂਮ ਕਰਕੇ ਯਾਰ ਲਓ ਜੀ ਵੀਰੋ ਹੈ ਨਖਰਾ ਵੀ ਕਰ ਰਹੀ ਹੈ ਨਾਲ ਤਸਵੀਰਾਂ ਦੋ ਤਿੰਨ ਖਿੱਚ ਲਾ ਚੈੱਕ ਕਰ ਲਓ ਨਖਰਾ ਵੀ ਕਰ ਰਹੀ ਹੈ ਮੋਰੀਆਂ ਨੇ ਪੈਂਦੀ ਪਈ ਨਾ ਤੇ ਲਾਈਗਰ ਦੀ ਵੀ ਸਤਰੋਲ ਕਰ ਰਹੀ ਲਾਈਗਰ ਨੇ ਵੀ ਕਹਿੰਦੀ ਤੇਰਾ ਖਿਆਲ ਕਰ ਨਹੀਂ ਤੇਰੇ ਮੈਂ ਦੰਦ ਕੱਢ ਦੇਣੇ ਬਾਹਰ ਤੇ ਵੀਰੋ ਮੈਨੂੰ ਪਤਾ ਕਿ ਮੈਂ ਇਹਨੂੰ ਕਿੱਦਾਂ ਕੰਟਰੋਲ ਕੀਤਾ ਕਮਾਂਡੋ ਨੂੰ ਨਹੀਂ ਉਹਨੂੰ ਜਗਨੂ ਨੂੰ ਹਾਂਜੀ ਧਿਆਨ ਰੱਖੀ ਇਸਕਾ ਉਹ ਪਿੱਛੋਂ ਆਇਆ ਬਾਹਰ ਗਿਆ ਸੀਗਾ ਟ੍ਰੈਡਮਿਲ ਦੀ ਆਵਾਜ਼ ਸੁਣੀ ਤੇ ਭੱਜ ਕੇ ਆ ਗਿਆ ਜਗਨੂ ਆ ਜਾ ਤੇ ਇਹਨੂੰ ਮਣ ਜਨਾਬ ਇੱਧਰ ਛੱਡਿਆ ਫੜ ਕੇ ਇਹਨੂੰ ਹਾਦੀ ਨੂੰ ਰੱਸਾ ਫੜਾਇਆ ਖਿੱਚ ਕੇ ਰੱਖਾ ਦਿੱਤਾ ਮੈਂ ਕਿਹਾ ਰੱਸਾ ਫੜਾਇਆ ਭੱਜ ਲਵੇ ਝੱਟ ਹੁਣ ਕਮਾਂਡੋ ਨੂੰ ਚਾੜਿਆ ਉੱਤੇ ਪਿੱਛੋਂ ਆਇਆ ਭਾਈ ਸ਼ੁਰੂ ਹੋ ਗਿਆ ਪਿੱਛੋਂ ਆ ਵੀ ਆ ਗਈ ਮੋਟੋ ਵੀ ਚੜ ਗਈ ਭਾਈ ਬੜਾ ਔਖਾ ਮੈਂ ਇਹਨਾਂ ਨੂੰ ਹੈਂਡਲ ਕੀਤਾ ਯਾਰ ਹੁਣ ਮਤਲਬ ਕੋ 5 ਮਿੰਟ ਕਮਾਂਡੋ ਸਿਰਫ ਜਰਾ ਟ੍ਰਾਇਲ ਦੇਣੇ ਆ ਤੇ ਬਾਕੀ ਫਿਰ ਆਸ-ਆਸਾਂ ਦਾ ਟਾਈਮ ਬਤਾਉਣਾ ਲੱਗ ਰਿਹਾ ਜ਼ਖਮ ਇਹਨੇ ਖੁਸ਼ਕ ਹੋ ਗਏ ਜੀ ਵੀਰੋ ਚੈੱਕ ਕਰੋ ਠੀਕ ਆ ਜੀ ਜੋੜਾ ਹੀ ਜਾ ਰਿਹਾ ਜਦ ਜੋੜੇ ਦਾ ਦੀਦਾਰ ਤੁਹਾਨੂੰ ਅੱਗੇ ਜਾ ਕੇ ਕਰਾਉਨੇ ਆ ਤੇ ਅੱਜ ਜਨਾਬ ਅਸੀਂ ਆਏ ਆ ਵਾਰਿਸ ਭਾਈ ਦੇ ਕੋਲ ਜਨਾਬ ਇੱਥੇ ਜਾ ਸਰਗੋਦਾ ਰੋਡ ਤੇ ਅਸੀਂ ਕਿਹਾ ਚਲੋ ਜਰਾ ਤੁਹਾਨੂੰ ਜੱਟ ਕੇ ਬਾਹਰ ਕੱਢ ਕੇ ਪਿੰਡ ਤੋਂ ਜਰਾ ਸ਼ੌਕ ਕਰਾਉਨੇ ਆ ਇਹਨਾਂ ਦੇ ਕੋਲ ਜਿਹੜਾ ਰਾਜੂ ਆ ਤੇ ਨਾਲ ਆ ਮਾਦੀ ਨੇ ਨਵੀਂ ਲਿਆਂਦੀ ਮੈਂ ਤੇ ਅੱਜ ਵੇਖੀ ਆ ਤੇ ਮੈਂ ਵੀ ਹਜੇ ਸੁਰਨਾ ਫਰੰਟ ਵਾਲੇ ਪਾਸੋਂ ਨਹੀਂ ਵੇਖੀ ਤੇ ਬਾਕੀ ਤਸੱਲਾ ਨਾਲ ਜਾ ਕੇ ਨਾਲੇ ਤੁਹਾਨੂੰ ਵਿਖਾਉਨੇ ਆ ਆ ਦੇਖੋ ਰੂਨ ਸਾਹਿਬ ਫੜ ਕੇ ਜਾ ਰਹੇ ਨਾਲੇ ਆ ਵੇਖਦੇ ਆ ਜਨਾਬ ਲੱਗੀ ਹੋਈ ਆ ਮਾਦੀ ਵੀ ਚੰਗੀ ਹੋਵੇ ਵੇਖੋ ਜਾਂ ਜਾਂ ਖੇਤਾਂ ਤੇ ਆਈ ਉਧਰ ਵੇਖੋ ਮਾਦੀ ਸਿੱਧੀ ਹੋ ਗਈ ਆਹੋ ਟਟੀਰੀਆਂ ਬੋਲਦੀਆਂ ਪਈਆਂ ਨਾ ਉਧਰ ਉਧਰ ਮਾਦੀ ਪਈ ਸਿੱਧੀ ਹੋ ਗਈ ਆ ਤੇ ਬਾਕੀ ਜਰਾ ਸਾਈਡ ਤੇ ਕੱਢਦੇ ਆ ਦੋਸਤੋ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਰਾਜੂ ਦਾ ਵੀ ਸ਼ੌਕ ਕਰਾਉਨੇ ਆ ਤੇ ਰਾਜੂ ਦੀ ਘਰ ਵਾਲੀ ਦਾ ਵੀ ਏ ਰਾਜੂ ਏ ਰਾਜੀ ਸ਼ਾਬਾ ਬੱਚੇ ਦੀ ਏ ਰਾਜੂ ਤੇਰੀਆਂ ਖੈਰਾਂ ਲਓ ਜੀ ਵੀਰੋ ਹੁਣ ਰਾਜੂ ਚੈੱਕ ਕਰੋ ਰਾਜੂ ਨੂੰ ਕਿਉਂ ਬੜਾ ਜੋਸ਼ ਆਇਆ ਜੋ ਸਾਹਮਣੇ ਡੱਕ ਕੁੱਤਾ ਫਿਰਦਾ ਤੇ ਰਾਜੂ ਇਹਨੂੰ ਵੇਖ ਕੇ ਛਦਾ ਰਾਜੂ ਸ਼ਾਬਾ ਉਹ ਤਕੜਾ ਮੇ ਰਾਜੂ ਰਾਜੂ ਜੀ ਮਾਸ਼ਾਅੱਲਾ ਪੂਰੀ ਫਿਟਨੈਸ ਚ ਠੀਕ ਹੈ ਫੁੱਲ ਰਨਿੰਗ ਸ਼ੈਨਿੰਗ ਹਰ ਸ਼ੈ ਜਿਹੜੀ ਰਾਜੂ ਦੀ ਬਿਲਕੁਲ ਫਿੱਟ ਆ ਵੀਰੋ ਹੁਣ ਸ਼ੌਕ ਕਰੋ ਮਾਦੀ ਦਾ ਪਹਿਲੇ ਠੀਕ ਹੈ ਜੀ ਬਲੈਤੀ ਮਾਦੀ ਆ ਤੇ ਦੱਸੋ ਹਾਂ ਜਰਾ ਪਹਿਲੇ ਮਾਦੀ ਦੀ ਉਮਰ ਕਿੰਨੀ ਹੋਣੀ ਆ ਜੀ ਅੱਜ ਲੱਗ ਜਾਂਦਾ ਤੁਹਾਡਾ ਵੀ ਵੀਰੋ ਪਤਾ ਜਿਹੜੇ ਕੋਈ ਦੋਸਤ ਵੀਡੀਓ ਛੜੀਓ ਵੇਖਣ ਵਾਲੇ ਨੇ ਜਰਾ ਕਮੈਂਟ ਕਰਕੇ ਦੱਸੋ ਹਾਂ ਮਾਦੀ ਦੀ ਕਿੰਨੀ ਉਮਰ ਹੋਣੀ ਆ ਜੀ ਫੇਰ ਦੇਖਦੇ ਆਂ ਕਿ ਤੁਹਾਡਾ ਕਿੰਨਾ ਕੁ ਤਜਰਬਾ ਕਿੰਨੇ ਕਿ ਤੁਸੀਂ ਵੀ ਸ਼ਕੀਨ ਹੋ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਗੁਲਟਰੀਏ ਦੀ ਉਮਰ ਨੂੰ ਜਾਂਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਕੰਮ ਆ ਇੱਕ ਅੰਦਾਜ਼ਾ ਦੱਸੋ ਆਪਣਾ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਕੁ ਸ਼ਕੀਨ ਹੋ ਤੁਸੀਂ ਤੇ ਮਾਦੀ ਵੇਖੋ ਜਨਾਬ ਠੀਕ ਆ ਬਾਕੀ ਭਾਈ ਚੈੱਕ ਕਰੋ ਹੈ ਕੰਨ ਸ਼ਾਨ ਹਰ ਚੀਜ਼ ਲੋ ਐਨ ਜ਼ਬਰਦਸਤ ਮਾਦੀ ਹੈ ਤੇ ਖੂਬਸੂਰਤ ਆ ਬਲੈਤੀ ਤੁਹਾਨੂੰ ਪਤਾ ਜਿੱਦਾਂ ਕਿ ਹੁੰਦਾ ਹੀ ਆਪਣਾ ਛੋਟੇ ਵੇਟ ਦੇ ਆ ਔਰ ਉਸ ਤੋਂ ਇਲਾਵਾ ਫਿਰ ਇਹਦਾ ਜਿਹੜਾ ਆ ਸਾਰਾ ਆਪਣਾ ਸ਼ਿਕਾਰ ਲੱਗੀ ਹੈ ਮਾਦੀ ਕਿੱਲਿਆਂ ਦੀ ਕਿੱਲਿਆਂ ਭਜਦੀ ਹੈ ਇਹਨੂੰ ਹੁਣ ਛੱਡ ਅਸੀਂ ਤਾਂ ਨਹੀਂ ਸਕਦੇ ਕਿਉਂਕਿ ਸ਼ਾਮ ਦਾ ਟਾਈਮ ਆ ਕੋਈ ਸ਼ੈ ਵੀ ਨਜ਼ਰ ਆ ਗਈ ਨਾ ਤੇ ਇਹਨੂੰ ਫੜਨਾ ਦੋਸਤੋ ਜਿਹੜਾ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਣਾ ਜੇ ਤੇ ਇਧਰੋਂ ਰਾਜੂ ਵੀ ਰਾਜੂ ਪਤਾ ਨਹੀਂ ਕੀ ਗੱਲ ਲਾ ਕੇ ਮੇਰੇ ਨਾਲ ਜਾਨਵਰ ਜਿਹੜੇ ਨੇ ਨਾ ਕੋਈ ਹੋਣ ਦੇ ਨਹੀਂ ਪੈਂਦੇ ਤੇ ਕੋਈ ਕਰ ਜਾਂਦੇ ਮੁਹੱਬਤ ਰਾਜੂ ਭਾਈ ਨਹੀਂ ਮੰਨਦਾ ਹੁਣ ਕੁਛ ਅੱਗੇ ਨਾਲੋਂ ਨਾ ਆਪਣਾ ਰਾਜੂ ਲੱਗਦਾ ਕਿ ਮੈਨੂੰ ਕੋਈ ਪਿਆਰ ਮੁਹੱਬਤ ਕਰੇਗਾ ਬਾਰਾ ਲੈ ਕੇ ਇਹ ਭਾਈ ਵਾਰਸ ਅਤੇ ਆ ਹਰੂਨ ਇਹ ਦੋ ਬੰਦੇ ਜਿਹੜੇ ਨੇ ਖੋਲ੍ਹ ਕੇ ਲਿਆਉਂਦੇ ਅਤੇ ਇਹੀ ਖੋਲ੍ਹਦੇ ਬੰਦੇ ਆ ਇਸ ਤੋਂ ਇਲਾਵਾ ਜਨਾਬ ਇਹਨੂੰ ਦੂਸਰਾ ਕੋਈ ਬੰਦਾ ਹੱਥ ਨਹੀਂ ਲਾਉਂਦਾ ਬੜਾ ਖਤਰਨਾਕ ਜਿਹਾ ਹੈਗਾ ਜੇ ਡੇਂਜਰਸ
ਵੇਖ ਵੀ ਅੰਜੀ ਰਿਹਾ ਤੇ ਅੱਖਾਂ ਦੀਆਂ ਵੈਸੇ ਲਾਲੋ ਲਾਲ ਹੋ ਗਈਆਂ ਪਈਆਂ, ਪਤਾ ਨਹੀਂ ਨੀਂਦ ਨਾਲ ਲਾਲ ਹੋ ਗਈਆਂ ਕਿ ਵੇਖ ਕੇ ਗੁੱਸੇ ਨਾਲ ਲਾਲ ਹੋ ਗਈਆਂ। ਹੇ ਰਾਜੂ ਚੁੱਕੋ ਨਾ ਹੱਥ, ਹੇ ਰਾਜੂ ਪਟਾ ਪਟਾ ਲਾ ਕਢਾ ਲੈ ਕਿਤੇ, ਨਹੀਂ ਪਟਾ ਨਹੀਂ ਨਿਕਲਦਾ। ਹੇ ਰਾਜੂ ਹੇ ਰਾਜੂ ਹੇ ਰਾਜੂ ਤੇਰਾ, ਹੇ ਰਾਜੂ ਮੈਨੂੰ ਡਰ ਲੱਗਦਾ ਜਿੱਦਾਂ ਘੋੜਾ ਪਟਾ ਲਾ ਕਢਾ ਲੈ ਕਿਤੇ। अच्छा वीरो नाले राजे नू वेख के ना ये दसियो मैनू गल जरा। तुहानू मैं तसल्ला ना एक बारी होर क्लिप चेक करा, दूई गल है मैनू दसियो ते असी यार जाना सी मेल लैण वास्ते बिजली लिए वाइट कलर दे विच, ठीक है ते वो जिस दोस्त को लैणा सी उहनां नाल राबता होया, उन्होंने कही साडा जानवर अजे फिट नहीं हैगा क्योंकि मैं उहनां नू असी अज इतवार आ कल हफ्ते नू जाणा सी ते मैं उहनां नू गल पुछी सी भाई असी इन्नी दूर जानवर लैण आउणा काढ़े जाणा सीगा, ये ना जानवर बीमार ठमार होवे असी इत्थों जनाब अपना इन्नी गड्डी का किराया भरी के आईए फिर वो पिछले समुद्री वाले हार हो गए। क्यों भाई वारस जो समुद्री गए हैं ਇਹ 10 ਦਿਨ ਪਹਿਲਾਂ ਕੁੱਤੀ ਕਰਾਕ ਲਿਆਏ ਨਾਲੇ ਵੇਖ ਕੇ ਆਏ ਆ ਬਿਲਕੁਲ ਫਿੱਟ ਸੀ। ਹਾਂਜੀ ਬਾਅਦ ਚ ਜਦੋਂ ਸੌਦਾ ਸੁਧਾ ਕਰਕੇ ਲੈਣ ਗਿਆ ਕੁੱਤੇ ਦੇ ਪੱਲੇ ਕੋਈ ਸ਼ਾਇਨੀ, ਕੁੱਤੇ ਦੇ ਪੱਲੇ ਕੱਖ ਨਹੀਂ ਹੈਗਾ ਤੇ ਉਹ ਗੱਲ ਇਹ ਕਿ ਅਸੀਂ ਤੇ ਪੈਸੇ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹੀ ਭਾਈ ਦੇਣੇ ਆ ਤੰਦਰੁਸਤ ਦੇ, ਤੰਦਰੁਸਤ ਦੇ ਦੇਣੇ ਆ ਭਾਈ, ਅਸੀਂ ਕਿਹੜਾ ਬਿਮਾਰ ਜਾਨਵਰ ਦੇ ਪੈਸੇ ਦੇਣੇ ਆ ਤੇ ਇਹੀ ਗੱਲ ਉਹਨਾਂ ਨੂੰ ਮੈਂ ਕਹੀ ਸੀ ਕਿ ਚਾਚੇ ਨੂੰ ਮੈਂ ਕਿਹਾ ਭਾਈ ਗੱਲ ਇਹ ਆ ਕਿ ਅਸੀਂ ਮੇਰਾ ਵੀਰ ਪੈਸੇ ਦੇਣੇ ਤੰਦਰੁਸਤ ਜਾਨਵਰ ਦੇ, ਦੰਦਾਂ ਤੋਂ ਲੈ ਕੇ ਪੂਛ ਤੱਕ ਇਹ ਜਾਨਵਰ ਸਹੀ ਲੈਣਾ। ਹਾਂ ਜਾਂ ਤਾਂ ਫਿਰ ਕੋਈ ਰੇਟ ਦਾ ਅਪ ਡਾਊਨ ਹੋ ਜਾਵੇ ਜਿੱਦਾਂ ਆਪਾਂ ਉਹਨਾਂ ਬਾਬੇ ਉਹਨਾਂ ਨੂੰ ਕਿਹਾ ਸੀਗਾ, ਯਾਦ ਜੇ ਨਾ ਅਸੀਂ ਕਿਹਾ ਕਿ ਭਾਈ ਪੈਸੇ ਮੁਹੱਬਤ ਕਰ ਲਓ, ਪੈਸੇ ਮੁਹੱਬਤ ਕਰ ਲਓ, ਜਿਹੜੇ ਡਾਕਟਰ ਨੂੰ ਦੇਣੇ ਉਹ ਛੱਡ ਦਿਓ। ਸਹੀ ਗੱਲ ਆ ਕਿ ਚਲੋ ਕੋਈ ਪੈਸੇ ਨਹੀਂ ਮੁਹੱਬਤ ਹੁੰਦੀ ਤਾਂ ਅਸੀਂ ਫਿਰ ਵੀ ਕਹਿੰਦੇ ਹਾਂ। ਦੱਸਿਓ ਕਿ ਜੇ ਬਿਜਲੀ ਤਾਂ ਜਨਾਬ ਇਹ ਕਰਾਸ ਕਰਾਈਏ ਤਾਂ ਕੈਸਾ ਬਣੇਗਾ, ਮੈਂ ਤੁਹਾਨੂੰ ਤਸੱਲਾ ਨਾ ਕਰੀ ਚੈੱਕ ਕਰਾ ਦਿੰਦਾ ਜੇ ਅਤੇ ਬਾਕੀ ਹਲੇ ਜਨਵਨ ਗੱਲ ਆ ਪੱਠਾ ਵਾ ਜੇ ਅਤੇ ਅੱਗੇ ਨਾਲੋਂ ਬੜਾ ਮਾਸ਼ਾਅੱਲਾ ਫਿਟਨੈਸ ਆਇਆ, ਅੱਗੇ ਤੋਂ ਜਦੋਂ ਮੈਂ ਵੇਖ ਕੇ ਗਿਆ ਸੀਗਾ ਉਦੋਂ ਤਾਂ ਕੁੱਤਾ ਓਵਰ ਵੇਟ ਸੀਗਾ ਮਗਰ ਹੁਣ ਆਪਣੀ ਸ਼ੇਪ 'ਚ ਆ ਗਿਆ ਆ ਅਤੇ ਬਾਕੀ ਹਲੇ ਮੇਰਾ ਖਿਆਲ ਆ ਚੈੱਕ ਚੁੱਕ ਨਹੀਂ ਕੀਤਾ ਹੈਗਾ, ਚੈੱਕ ਕੀਤਾ ਉਹਨਾਂ ਦੇ ਪਰਿਵਾਰ ਨੇ ਸਾਨੂੰ ਦੱਸ ਦੇਣਾ ਸੀਗਾ। ਵੀਰੋ ਕੁੱਤੀ ਖੋਲ ਕੇ, ਕੁੱਤੀ ਖੋਲ ਕੇ ਨੱਸ ਗਈ ਜੇ ਉੱਪਰੇ ਕੁੱਤਾ ਰੱਖੀ ਪਤਾ ਪਰੇ ਬਿਲੋ ਪੈ ਜੂ ਕੀ ਪਤਾ ਲੱਗਦਾ ਦੱਸੋ। ਉਹ ਇਧਰੋਂ ਆ ਗਈ, ਉਹ ਇਧਰੋਂ ਆ ਗਈ, ਇਧਰੋਂ ਆ ਗਈ, ਉਹ ਆ ਗਈ, ਉਹ ਆ ਗਈ, ਫੜੀ ਗਈ ਲਈ ਨਿਕਲ ਗਈ ਇਧਰ ਤੁਹਾਨੂੰ ਕਿਹਾ ਸੀ ਨਾ ਕਿ ਛੱਡਣੀ ਨੀ, ਖੁੱਲ ਗਈ ਰੂਨ ਫੜ ਲਾ ਬਸ ਠੀਕ ਹੈ ਸ਼ੁਕਰ ਆ ਕਾਬੂ ਆ ਗਈ ਟਾਈਮ ਦੇ ਨਾਲ, ਨਹੀਂ ਤਾਂ ਦੋਸਤੋ ਇਹਨੇ ਅੱਜ ਸਾਨੂੰ ਕਿੱਲੇ ਫੜਾਉਣਾ ਸੀ। ਉਦੋਂ ਦੱਸ ਦੇ ਭਾਈ ਕਿੱਧਰ ਦੇ ਮਗਰ ਚੜੀ ਕਿੱਧਰ ਕਮਾਦ ਚ ਵੜ ਗਿਆ ਨਾਲ ਵਾਲੇ ਪਿੰਡੋਂ ਜਾ ਕੇ ਲੈ ਕੇ ਆਏ ਭਾਈ ਮੋਟਰਸਾਈਕਲ ਤੇ ਮਗਰ ਕੁੱਤੀ ਅੱਗੇ ਬੇੜਾ ਕਰਕੇ ਨਾ ਇਹਨਾਂ ਨੇ ਕਰ ਹੀ ਦੇਣਾ ਵਾ, ਵੇਖੋ 2-4 ਮਿੰਟ ਚ ਕੀ ਕੁਛ ਕਰ ਦਿੱਤਾ, ਇੱਥੋਂ ਗਈ ਉਧਰੋਂ ਗਈ ਮੱਕੀ ਜੋ ਕੇ ਵਾਪਸ ਵੀ ਆ ਗਈ ਹੈ। ਲਓ ਜੀ ਵੀਰੋ ਆ ਰਾਜੂ ਜੇ ਠੀਕ ਆ ਤੇ ਇਹਨਾਂ ਨਾਂ ਹੁਣ ਪਤਾ ਨੀ ਕੀ ਹੈ, ਭਾਈ ਵਾਰਸ ਨੂੰ ਪੁੱਛਦੇ ਆ ਮਾਦੀ ਤੇ ਹੁਣ ਇਹਦਾ ਨਾਮ ਬਿੱਲੋ ਆ ਜੀ। ਵਾਰਸ ਭਾਈ ਕੁੱਤੀ ਦੀ ਉਮਰ ਨਹੀਂ ਦੱਸਣੀ, ਮੈਂ ਚੈਲੰਜ ਪਾਇਆ ਜੇ ਵੀਡੀਓ ਦੇ ਵਿੱਚ, ਠੀਕ ਆ ਇਹ ਹੁਣ ਕਮੈਂਟ ਜੀ ਪਤਾ ਲੱਗੂ ਇਹਦੀ ਪਤਾ ਲੱਗੂ ਇਹਦੀ ਉਮਰ ਕਿੰਨੀ, ਤੁਹਾਨੂੰ ਤਾਂ ਪਤਾ ਨਹੀਂ ਉਮਰ ਕਿੰਨੀ ਹੈ, ਸਾਨੂੰ ਤਾਂ ਜਾਨਵਰ ਪਤਾ ਇਹਦੀ ਕਿੰਨੀ ਉਮਰ ਹੈ। ਹਾਂ ਬਸ ਠੀਕ ਆ ਤੇ ਅਸੀਂ ਹਲੇ ਕੇ ਦੱਸਣਾ ਨਹੀਂ ਹੈਗਾ, ਉਹ ਨਿਆਣਿਆਂ ਨੂੰ ਪੈਂਦਾ ਪਿਆ ਅੱਜ, ਨਿਆਣੇ ਨੰਗ ਲੈਣ ਦੇ ਲੈਂਦਾ ਵੇਖਿਆ, ਕਹਿੰਦਾ ਮੈਨੂੰ ਛੱਡੋ ਮੈਂ ਜਾਵਾਂ ਉਧਰ, ਉਹ ਬੱਚਾ ਕਿਹਾ ਲੱਗ ਗਿਆ ਸੀ ਦੋਸਤੋ ਆਬਾਦੀ ਚ ਬਿਲਕੁਲ, ਉਹ ਵੇਖੋ ਉਹ ਪਿੰਡ ਦੀ ਆਬਾਦੀ ਹੈ ਤੇ ਸਾਈਡ ਤੇ ਆ ਕੇ ਇਸੇ ਕਰਕੇ ਵੀਡੀਓ ਬਣਾ ਰਹੇ ਹਾਂ ਯਾਰ, ਕੋਈ ਦੋਸਤ ਤੰਗ ਨਾ ਹੋਵੇ, ਕੋਈ ਉੱਥੇ ਹਮਸਾਇਆ ਤੰਗ ਨਾ ਹੋਵੇ, ਬੜਾ ਲੈ ਕੇ ਇਹਦਾ ਫਿਰ ਰਾਜੂ ਦੀਆਂ ਮਸਤੀਆਂ ਨੇ ਤੇ ਬਾਰਸ ਭਾਈ ਰਾਜੂ ਦੀ ਭਲਾ ਕਿੰਨੀ ਉਮਰ ਹੋ ਗਈ ਹੈ ਭਾਜੀ? ਰਾਜੂ ਦੀ ਜਿਹੜੀ ਉਮਰ ਹੈ ਨਾ ਜਨਮ ਉਮਰ ਇਹਦੀ 16-17 ਮਹੀਨੇ ਹੈ, ਇਹਨਾਂ ਤੋਂ ਠਾਂ ਹੋ ਸਕਦਾ ਤਾਂ ਨੇ। ਤੇ ਭਲਾ ਕਿਹੜੇ ਕੁੱਤਿਆਂ ਚੋਂ ਆਏ? ਇਹ ਭਾਜੀ ਇੱਥੇ ਨਾ ਚਨਿਓੜ ਦੇ ਆ ਮੁੰਡਾ ਸਾਡਾ ਬੇਲੀ ਆਸਫ, ਉਹ ਫਰਨੀਚਰ ਦਾ ਕੰਮ ਕਰਦਾ ਵਾ, ਉਹਨੇ ਬੜੇ ਸ਼ੌਂਕ ਨਾਲ ਕੁੱਤਾ ਰੱਖਿਆ ਘਰ, ਇਹਦਾ ਜਿਹੜਾ ਪਿਓ ਹੈ ਨਾ ਉਹਨਾਂ ਦਾ ਕਹਿਣ ਹੈ ਵੀ 15-16 ਸਾਲ ਉਹਦੀ ਉਮਰ ਹੋ ਗਈ ਹੈ, ਚਾਰੇ ਰਾਸ਼ਕੀਆਂ ਨਹੀਂ ਅਗਲੀਆਂ ਦੰਦੀਆਂ ਵੀ ਆਣੀ, ਚੰਦ ਕ ਦਾੜਾ ਨੇ ਮਗਰ ਇੱਕ ਜਾਂ ਦੋ, ਉਹ ਲੱਗਦਾ ਵੀ ਦੇਖਣ ਨੂੰ ਹੈਗਾ, ਹਾਂ ਲੱਗਦਾ ਵੀ ਇਦਾਂ ਹੀ ਆ, ਤੁਹਾਨੂੰ ਦਿਖਾਇਆ ਹੀ ਸੀ ਮੈਂ ਸਾਰੀ ਵੀਡੀਓ ਜਿਹੜੀ ਹੁੰਦੀ ਬਣਾ ਕੇ ਤੇ ਬਾਕੀ ਭਾਜੀ ਪਹਿਲੋਂ ਜਿਹੜੀ ਕਾਲੀ ਪਿੱਟ ਬੋਲ ਸੀ ਉਹ ਅਸੀਂ ਉਦੋਂ ਕਰਾਉਣ ਗਏ ਹਾਂ ਅੱਜ ਤੋਂ ਤਕਰੀਬਨ ਕੋਈ 2-3 ਸਾਲ ਪਹਿਲੋਂ, ਜਿਹਦੇ ਵਿੱਚੋਂ ਬਿੰਦੀਆ ਕੁੱਤੀ ਅਲੀ ਕੋਲ ਆ। ਹਾਂ ਅੱਛਾ ਬਿੰਦੀਆ ਦੇ ਭੈਣ ਭਰਾ ਨੇ? ਨਹੀਂ ਨਹੀਂ ਪਿਓ ਵੱਲੋਂ ਨਹੀਂ, ਉਹ ਜਿਹਦੇ ਇਹਦਾ ਚਾਚਾ ਲੱਗਦਾ ਜਿਹਦੀ ਬਿੰਦੀਆ ਵਾ, ਉਹਨੇ ਦੋ ਭਰਾ ਸਮਝਿਆ ਨਹੀਂ ਤੁਹਾਡੀ ਗੱਲ, ਮੇਰੀ ਗੱਲ ਸੁਣੋ ਨਾ, ਹਾਂਜੀ ਕੁੱਤੇ ਆ ਉਹਨਾਂ ਕੋਲ ਦੋ, ਠੀਕ ਹੈ, ਇੱਕ ਰਾਜੂ ਦਾ ਪਿਓ ਆ, ਠੀਕ ਹੈ, ਇੱਕ ਰਾਜੂ ਦਾ ਚਾਚਾ ਵਾ, ਅੱਛਾ ਉਹ ਬਿੰਦੀਆ ਦਾ ਪਿਓ, ਉਹ ਬਿੰਦੀਆ ਦਾ ਜਨ ਨੇ ਆਪਸ ਦੇ ਵਿੱਚ, ਅੱਛਾ ਇਹਦੀ ਕਜ਼ਨ ਆ ਬਿੰਦੀਆ, ਠੀਕ ਹੈ ਸਹੀ ਆ, ਤੇ ਉਹਦੀ ਅਲੀ ਢਿੱਲਾਂ ਦੇ ਕੋਲ ਆ ਅਲੀ ਤੇ ਕਾਲਾ ਨਹੀਂ, ਸਹੀ ਠੀਕ ਆ। ਉਹ ਭਾਈ ਇਦਾਂ ਸੀ ਨਾ ਵੀ ਇਹਦੇ ਪਿਓ ਕੋ ਲੈ ਕੇ ਗਿਆ ਹਾਂ, ਉਹਦੇ ਕੋਲ ਕ੍ਰਾਸ ਨਹੀਂ ਹੋਈ, ਉਹਨੇ ਆਖਿਆ ਵੀ ਇਹਦਾ ਹੀ ਭਰਾ ਇੱਕ ਖਲੋਤਾ ਤੇ ਉਹਨੇ ਆਖਿਆ ਇਸੇ ਕੰਡੀਸ਼ਨ 'ਚ ਹੀ ਆ, ਅੱਛਾ ਉਹਦੀ ਸਿਰਫ ਅੱਖ ਤੇ ਲਾਲ ਡੱਬ ਸੀ ਏਡਾ ਦਾ, ਉਹ ਵੀ ਤੁਹਾਨੂੰ ਚੈੱਕ ਕਰਾਈਆਂ ਸੀ ਵੀਡੀਓ ਦੇ ਪਿੰਡ ਕੋਲ, ਉਹ ਫਿਰ ਕ੍ਰਾਸ ਹੋਈ, ਫਿਰ ਉਹ 'ਚੋਂ ਬਣੀ ਬਿੰਦੀ ਆ। ਅਸੀਂ ਨਾ ਫਿਰ ਹੋਰ ਵੀ ਮਾਦੀਆਂ ਮੂਦੀਆਂ ਆਈਆਂ, ਬੜੇ ਜਾਂਦੇ ਜੂੰਦੇ ਰਹੇ, ਪਰ ਸਾਡੇ 'ਚ ਨਾ ਵੀ ਆਪ ਕੋਈ ਨਹੀਂ ਬੱਚਾ ਛੱਡ ਕੋਈ ਬੱਚਾ, ਉਹਨਾਂ ਨੂੰ ਫਿਰ ਨਾ ਵਾਹਵਾ ਪਿਆਰ ਮੁਹੱਬਤ ਬਣ ਗਿਆ, ਜਦੋਂ ਫਿਰ ਰਾਜੂ ਦੀ ਤੇ ਭਰਾਵਾਂ ਦੀ ਪੈਦਾਇਸ਼ ਹੋਈ ਨਾ, ਉਹਨਾਂ ਭਾਈ ਰਾਜੂ ਦਾ ਭਰਾ ਸਾਨੂੰ ਇੱਕ ਦਿੱਤਾ ਸੀ ਤੋਹਫਾ,
ਅਲੀ ਲੈਣ ਮੈਂ ਤੇ ਅਲੀ ਲੈਣ ਗਿਆ ਸੀ 28 ਦਿਨਾਂ ਦਾ ਕਤੂਰਾ ਲੈ ਕੇ ਆਏ ਹਾਂ ਉਹ ਭਾਜੀ ਜਦੋਂ 3 ਮਹੀਨਿਆਂ ਦਾ ਹੋਇਆ ਫਾਰਮ ਤੇ ਰੱਖ ਲਿਆ ਅਲੀ ਦਾ ਕਜ਼ਨ ਆ ਫਾਰਮ ਤੇ ਲੈ ਗਿਆ ਤੇ ਫਾਰਮ ਤੇ ਜਦੋਂ ਲੈ ਗਿਆ ਨਾ ਉਹ ਜਨਾਬ ਉੱਥੋਂ 3 ਮਹੀਨਿਆਂ ਦਾ ਚੋਰੀ ਹੋ ਗਿਆ ਅੱਛਾ ਕੁੱਤਾ ਹੀ ਚੋਰੀ ਹੋ ਗਿਆ ਕੁੱਤਾ ਕਿਸੇ ਨੇ ਚੁੱਕ ਲਿਆ ਉੱਥੋਂ ਅਸੀਂ ਮੁੜ ਕੇ ਫਿਰ ਉਹਦੇ ਨਾਲ ਵਾਹਵਾ ਅਟੈਚ ਰਹੇ ਅਸੀਂ ਬੰਦੇ ਨਾਲ ਫਿਰ ਆਹ ਰਾਜੂ ਨੂੰ ਹੁਣ ਮੇਰੇ ਕੋਲ ਆਏ ਨੂੰ ਤਕਰੀਬਨ 3-3.5 ਮਹੀਨੇ ਹੋ ਗਏ ਆ ਇਹਨੂੰ ਰਾਜੂ ਨੂੰ ਹਾਂਜੀ ਤੇ ਉਦੋਂ ਉਹਦੇ ਕੋਲ ਦੱਸਿਆ ਉਹਨੇ ਵੀ ਪੂਰਾ 12 ਮਹੀਨਿਆਂ ਦਾ ਹੋ ਗਿਆ ਸੀ ਅਸੀਂ ਨਾ ਜਿਹੜੀ ਅਲੀ ਨੇ ਕਤੂਰੇ ਦੀ ਤਸਵੀਰ ਵੀਡੀਓ ਬਣਾਈ ਸੀ ਨਾ ਉਹਦੇ ਵਿੱਚ ਅਸੀਂ 28 ਦਿਨ ਪਾ ਕੇ ਡਿਟੇਲ ਕੱਢੀ ਸੀ ਸਹੀ ਹੈ ਰਾਜੂ 12-13 ਮਹੀਨਿਆਂ ਦਾ ਹੋ ਗਿਆ ਪੁਰਾਣੇ ਬੱਚੇ ਤੋਂ ਹਾਂ ਪੁਰਾਣੇ ਬੱਚੇ ਤੋਂ ਜਿਹੜੀ ਅਲੀ ਨੇ ਤਸਵੀਰ ਬਣਾਈ ਨਾ ਜਦੋਂ ਬੱਚਾ ਚੁੱਕਿਆ ਸੀ ਘੁਰੇ ਚੋਂ ਹਾਂਜੀ 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 ਉਹਦੇ ਤੋਂ ਅਸੀਂ ਹਿਸਾਬ ਲਾਇਆ ਨਾਲੇ ਉਹ ਵੀ ਦੱਸਦੇ ਹੁਣ ਵੀ ਇੰਨੀ ਕੁ ਏਜ ਹੋ ਗਈ ਇਹਦੀ ਸਹੀ 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 ਤੇ ਜਦੋਂ ਫਿਰ ਆਪਣਾ ਸਰਗੋਧੇ ਵਾਲਾ ਮਸਲਾ ਬਣਿਆ ਉਸ ਤੋਂ ਬਾਅਦ ਫਿਰ ਜਦੋਂ ਮੈਂ ਆਇਆ ਵਾਪਸ ਫਿਰ ਅਲੀ ਹੋਣਾ ਨੇ ਫਿਰ ਇਹ ਜਿੱਦਾਂ ਵੀ ਉਹਦੇ ਕੋਲ ਲਿਆ ਗਿਆ ਨਾ ਉਹਨੇ ਮੂੰਹ ਮੰਗੇ ਦੇ ਕੇ ਉਹਨੇ ਇਹ ਕੁੱਤਾ ਆ ਹੀ ਰੱਖ ਲਿਆ ਵਾਰਸ ਭਾਈ ਮੁੱਲ ਸੀਗਾ ਲਿਆ ਮੁੱਲ ਸੀ ਭਾਈ ਲਿਆ ਮੁੱਲ ਗੱਲ ਹਕੀਕਤ ਗੱਲ ਮੁੱਲ ਲਿਆ ਸਹੀ ਹੈ ਹਾਂ ਤੇ ਬਾਕੀ ਜਿਹੜੀ ਉਹਨਾਂ ਦੀ ਡਿਮਾਂਡ ਸੀ ਨਾ ਉਹਨੇ ਸਿਰਫ ਨਾ ਮੂੰਹੋਂ ਗੱਲ ਕੱਢੀ ਸੀ ਅਲੀ ਅੱਗੇ ਵੀ ਭਾਈ ਜੀ ਮੈਨੂੰ ਇੰਨੇ ਫਲਾਣੇ ਬੰਦੇ ਲਾਏ ਆ ਅਲੀ ਨੇ ਆਖਿਆ ਵੀ ਮੈਂ ਤੇਰੇ ਕੋਲ ਆਉਣ ਡਿਆ ਜਿੰਨੇ ਉਹਨੇ ਮੂੰਹੋਂ ਕੱਢੇ ਸੀ ਨਾ ਅਲੀ ਨੇ ਆਖਿਆ ਵੀ ਐਲੇ ਉਹਨੇ ਉਹਨੇ ਹਜੇ ਤੂੰ ਛੱਡਣਾ ਛੱਡ ਦੇ ਰੱਖਣੇ ਰੱਖ ਲਾ ਉਹਨੇ ਭਾਈ ਉਹ ਚੋਂ 5000 ਰੁਪਇਆ ਛੱਡਿਆ ਅੱਛਾ ਵਾਪਸੀ ਦਾ ਦਿੱਤਾ ਜ਼ਬਰਦਸਤ ਬਾਕੀ ਉਹਨੇ ਨਾ ਮਾਰੀ ਟਰਨੈਲੀ ਸੀ ਵੀ ਇਹਨਾਂ ਕਿਹੜਾ ਲੈ ਲੈਣਾ ਵਾ ਬਾਕੀ ਅਲੀ ਨੇ ਕਿਹਾ ਸੀ ਵੀ ਤੈਨੂੰ ਰਖਾਉਣਾ ਤੇ ਕੁੱਤਾ ਆ ਰਖਾਉਣਾ ਤੇ ਉਹ ਇਦਾਂ ਕਰਕੇ ਨਾ ਫਿਰ ਭਾਈ ਅੱਛਾ ਉਹਨੇ ਕਿਹਾ ਜੇ ਇਹ ਕਿਹੜਾ ਲੈਣਾ ਆ ਇਹਨਾਂ ਕਿਹੜਾ ਲੈਣਾ ਵਾ ਉਹਨੇ ਨਹੀਂ ਪਤਾ ਜਦੋਂ ਇਹਦਾ ਦਿਮਾਗ ਖਰਾਬ ਹੁੰਦਾ ਫੇਰ ਹੀ ਕੋਈ ਦੇਖਦੇ ਨਹੀਂ ਫੇਰ ਨਹੀਂ ਦੇਖਦੇ ਫਿਰ ਤੇ ਭਾਈ ਗੱਡੀ ਗੱਡੀ ਤੇ ਜਾ ਹੀ ਰਹੇ ਲੈਣ ਵਾਸਤੇ ਨਹੀਂ ਫਿਰ ਅਲੀ ਨੇ ਭਾਈ ਜੀ ਲਿਆ ਕੇ ਘਰ ਆਪਣੇ ਤੇ ਮੈਨੂੰ ਫੋਨ ਕੀਤਾ ਵੀ ਬਿੰਦੀਆ ਕ੍ਰਾਸ ਬਾਰਿਸ਼ ਆਈ ਆ ਤੇ ਮੈਂ ਇੱਕ ਨਵਾਂ ਕੁੱਤਾ ਲਿਆਂਦਾ ਤੇ ਉਹਦੇ ਕੋਲ ਕ੍ਰਾਸ ਕਰਾ ਲਾਂ ਮੈਨੂੰ ਇਹ ਨਹੀਂ ਦੱਸਿਆ ਵੀ ਮੈਂ ਘਰ ਲਿਆਂਦਾ ਕੁੱਤਾ ਅੱਛਾ ਤੇ ਇਹਦਾ ਉਹਨਾਂ ਬਿੱਲਾ ਨਾਂ ਰੱਖਿਆ ਸੀ ਸਾਨੂੰ ਨਾ ਉਹ ਮੁੰਡੇ ਮੇਰੇ ਵੱਡੇ ਨੇ ਆਖਿਆ ਦਾ ਨਾਂ ਰਾਜੂ ਰੱਖਣਾ ਉਹਦਾ ਨੂੰ ਮੈਸੇਜ ਕੀਤਾ ਮੈਂ ਕਿਹਾ ਭਾਈ ਰਾਜੂ ਰੱਖ ਦਈਏ ਰਾਜੂ ਤੂੰ ਹੀ ਆਖਿਆ ਕੋਈ ਨਹੀਂ ਰੱਖੋ ਫਿਰ ਇਹਦਾ ਨਾਂ ਭਾਈ ਮੈਂ ਰਾਜੂ ਰੱਖਤਾ ਤੇ ਉਹਨੇ ਆਖਿਆ ਕੁੱਤਾ ਮੇਰੇ ਕੋਲ ਬਹੁਤ ਚੰਗਾ ਆਇਆ ਤੇ ਮੈਂ ਤੇਰੇ ਕੋਲ ਖਲਾਉਣਾ ਤੇ ਮੈਂ ਉਹਦੇ ਕੋਲ ਕੁੱਤੀ ਕ੍ਰਾਸ ਕਰਵਾਣਾ ਸਹੀ ਸਹੀ ਮੈਂ ਅਲੀ ਨੂੰ ਕਿਹਾ ਮੈਂ ਕਿਹਾ ਜੇ ਕੁੱਤਾ ਚੰਗਾ ਤੇ ਕਰਾ ਹੈ ਨਹੀਂ ਤੇਰੀ ਇਜਾਜ਼ਤ ਲੈਣੀ ਬਣਦੀ ਆ ਮੈਂ ਕਿਹਾ ਮੈਨੂੰ ਕੁੱਤੇ ਦਾ ਨਹੀਂ ਪਤਾ ਇਜਾਜ਼ਤ ਕਿ ਲੈਣੀ ਫਿਰ ਭਾਈ ਮੈਨੂੰ ਆਂਦਾ ਇਹ ਤੂੰ ਜਾਇਜ਼ ਦੇ ਤੇ ਜਦੋਂ ਕ੍ਰਾਸ ਹੋ ਗਈ ਮੈਂ ਤੈਨੂੰ ਵੀਡੀਓ ਬਣਾ ਕਰ ਲੂੰ ਅੱਛਾ ਬਾਕੀ ਇਹ ਭਾਜੀ ਇਹ ਸਾਲ ਦਾ ਪੂਰੇ ਦਾ ਹੀ ਕੁੱਤਾ ਜ਼ੋਰ ਜੇ ਬੜਾ ਹੀ ਸਾਂਭਿਆ ਉਹਨਾਂ ਵੀ ਬੜਾ ਹੀ ਇਦਾਂ ਹੀ ਹੈ ਤੇ ਬਾਕੀ ਇਹ ਵੀ ਇਹਨੇ ਕੁੱਤੀ ਕ੍ਰਾਸ ਕਰਤੀ ਇਹ ਪਹਿਲਾਂ ਤੇ ਇਹਨੇ ਕੁੱਤੀ ਨੂੰ ਮਾਰਿਆ ਵੀ ਕੀ ਬਣਿਆ ਜੀ ਮਿੰਨੇ ਸੱਚ ਉਹ ਭਾਜੀ ਕੁੱਤੀ ਜਦੋਂ ਖੁੱਲ ਕੇ ਗਈ ਹੈ ਨਾ ਬਾਹਰ ਫਸਲਾਂ 'ਚ ਕੁੱਤੀ ਦਾ ਜ਼ੋਰ ਬੜਾ ਹੋਇਆ ਐਂਡ ਦਿਆਂ 10 ਦਿਨਾਂ 'ਚ ਬੱਚੇ ਸੁੱਟ ਦਿੱਤੇ ਓਹ ਬਾਕੀ ਇਹ ਇੱਕੋ ਨਸਲ ਹੀ ਬਣ ਜਾਣੀ ਸੀ ਹਾਂ ਫਿਰ ਪਿਓਰ ਬਲੱਡ ਬਣ ਜਾਣਾ ਇਹਦਾ ਹੋਰ ਸਹੀ ਗੱਲ ਹੈ ਬਾਕੀ ਰਾਜੂ ਤਾਂ ਤੁਹਾਡੇ ਸਾਹਮਣੇ ਆ ਬਾਕੀ ਇਹ ਰਾਜੂ 2-2.5 ਸਾਲਾਂ ਦਾ ਆਇਆ ਨਾ ਇਹਨੇ ਆਪਣਾ ਫੇਰ ਦੱਸਣਾ ਫਿਰ ਇਹਦਾ ਆਪਣੇ ਆਪ ਦਾ ਪਤਾ ਲੱਗਣਾ ਵੀ ਇਹ ਕੀ ਛਾਇਆ ਆ ਤੇ ਅੱਛਾ ਵਾਰਸ ਭਾਈ ਦੱਸੋ ਜੀ ਆਪਣਾ ਬਿਜਲੀ ਤੋਂ ਕਰਾ ਲਈਏ ਕ੍ਰਾਸ ਆ ਬਿਜਲੀ ਜਿਹੜੀ ਇਹਨਾਂ ਤੋਂ ਕਰਾ ਲਈਏ ਕ੍ਰਾਸ ਤਾਂ ਕੀ ਕਹਿੰਦੇ ਨੇ ਭਾਈ ਸਾਡਾ ਅੰਦਾਜ਼ਾ ਤੇ ਆ ਵੀ ਕੁਛ ਹੈ ਹੀ ਬਣੂਗੀ ਕਿਉਂਕਿ ਰਾਜੂ ਵਰਗਾ ਸਿਰ ਖੋਪਰੋਂ ਕੁੱਤਿਆਂ ਦਾ ਐਡਾ ਕੋਈ ਨਹੀਂ ਹੈਗਾ ਇਦਾਂ ਇਦਾਂ ਹੀ ਲੋਕਾਂ ਬੁਲਾਤੀਆਂ ਜੀ ਨਸਲ ਮਰਵਾਉਣ ਵਾਗੇ ਆ ਦੇਸੀ ਗਲਟਰੀ ਦੇਸੀ ਗਲਟਰੀ ਇਦਾਂ ਇਦਾਂ ਹੀ ਤੇ ਬਾਕੀ ਇਹ ਆ ਵੀ ਰਾਜੂ ਅਜੇ ਅੱਖ ਬੜੀ ਸੋਹਣੀ ਕੁੱਤੇ ਦੀ ਹਾਂਜੀ ਇਹ ਜੀ ਅੱਖ ਹੈ ਨਹੀਂ ਕਿਸੇ ਕੁੱਤੇ ਦੀ ਹੁਣ ਯਕੀਨ ਕਰੋ ਤੇ ਵੇਖ ਲਓ ਜਿਹੜਾ ਬੰਦਾ ਸਮਝਦਾ ਗੁਲਟਰੀਏ ਨੂੰ ਨਾ ਤੇ ਰੋਨੇ ਯਾਦ ਜਦੋਂ ਨਾਲ ਚਿੱਟਾ ਕੁੱਤਾ ਲੈਣ ਗਏ ਤੂੰ ਕਿ ਭਾਈ ਅਰਸਲਾਨ ਤੁਸੀਂ ਅੱਜ ਕੀ ਵੇਖ ਲਿਆ ਇਦਾਂ ਹੀ ਅੱਖ ਛੋਟੀ ਸੀ ਕੀ ਕਿਹਾ ਤੈਨੂੰ ਉਦੋਂ ਮੈਂ ਛੋਟੀ ਹਾਂਜੀ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਲੋ ਕੀ ਕਿਹਾ ਸੀ ਮੈਂ ਕਿਹਾ ਉਹ ਗੁਲਟਰੀਏ ਕਿਹੜਾ ਜਿੰਦੀ ਅੱਖ ਨਾ ਦੱਸੇ ਮੈਂ ਪਿਓਰ ਆ ਠੀਕ ਹੈ ਕੁੱਤੇ ਦੀ ਅੱਖ ਦੱਸ ਦਿੰਦੀ ਆ ਮੈਂ ਗੁਲਟਰੀਆ ਵਾਂ ਉਹਦੇ ਵਿੱਚ ਰਲਾ ਵਾ ਇੱਕ ਸਿਰਫ ਸ਼ਕੀਨ ਬੰਦੇ ਨੂੰ ਪਤਾ ਹੋ ਸਕਦਾ ਆਮ ਬੰਦਾ ਤੇ ਰੰਗ ਦੇਖਦਾ ਜੀ ਚਿੱਟਾ ਕਿਉਂ ਭਾਈ ਵਾਰਸ ਆ ਹੁਣ ਸਾਡੀਆਂ ਵੀਡੀਓ ਵੇਖ ਵੇਖ ਲੋਕਾਂ ਨੂੰ ਪਤਾ ਲੱਗਾ ਕਿ ਗੁਲਟਰੀਆ ਕਾਲਾ ਵੀ ਹੁੰਦਾ ਲਾਲ ਵੀ ਹੁੰਦਾ ਚਿੱਟਾ ਵੀ ਹੁੰਦਾ ਨਹੀਂ ਤਾਂ ਪਹਿਲੇ ਲੋਕੀ ਕਹਿੰਦੇ ਹੁੰਦੇ ਸੀ ਭਲਾ ਚਿੱਟਾ ਹੀ ਗੁਲਟਰੀਆ ਚਿੱਟਾ ਹੀ ਗੁਲਟਰੀਆ ਆ ਕਿਸੇ ਨੇ ਵੇਖਣਾ ਕਿ ਭਾਜੀ ਬਗਿਆੜੀ ਦੀ ਕ੍ਰਾਸ ਬਗਿਆੜੀ ਦਾ ਕ੍ਰਾਸ ਆ ਕਈ ਕਹਿ ਦਿੰਦੇ ਆ ਹੁਣ ਰਾਜੂ ਦਾ ਦਿਨ ਦਾ ਕ੍ਰਾਸ ਹੋਵੇ ਇਹ ਦਿਲ ਕਰੇ ਇੱਕ ਬੱਚਾ ਵੀ ਲਾਲ ਨਾ ਦੇਵੇ ਸਾਰੇ ਚਿੱਟੇ ਹੋ ਜਾਣ ਇਹਦਾ ਕੁਝ ਕਹਿ ਨਹੀਂ ਸਕਦਾ ਬੰਦਾ ਬਾਕੀ ਤੁਹਾਡਾ ਐਕਸਪੀਰੀਅੰਸ ਆ ਜੇ ਬਿਜਲੀਆਂ ਤੋਂ ਕਰਾਈਏ ਤਾਂ ਠੀਕ ਆ ਨਹੀਂ ਮੇਰੇ ਦਾ ਇਹਨਾਂ ਦੇ ਭਾਜੀ ਠੀਕ ਆ ਤੇ ਬਾਕੀ ਵੀ ਯਾਰਾਂ ਦੋਸਤਾਂ ਕੋਈ ਮਸ਼ਵਰਾ ਲੈ ਲਈਏ ਬਾਕੀ ਜਿੱਦਾਂ ਭਰਾ ਕਹਿਣਗੇ ਉਦਾਂ ਨਾਲ ਉਦਾਂ ਕਰਾਂਗੇ ਯਕੀਨ ਕਰੋ ਦੋਸਤਾਂ ਨੇ ਇੰਨਾ ਕਿ ਕਿਹਾ ਕਿ ਕਮਾਂਡੋ ਤੋਂ ਕ੍ਰਾਸ ਕਰਾਓ ਭਾਈ ਵਾਰਸ ਨੇ ਵੀ ਇਹ ਗੱਲ ਕਹੀ ਸੀ ਮੈਂ ਕਿਹਾ ਕਮਾਂਡੋ ਤੋਂ ਇਹਨਾਂ ਕਹੇ ਅਰਸਲਾਨ ਭਾਈ ਨੂੰ ਚੰਗੀ ਗੱਲ ਕੋਈ ਪਹਿਲੀ ਕੁੱਤੀ ਟਾਈਮ ਨਾਲ ਆਪਣੀ ਇੱਟ ਤੇ ਆ ਗਈ ਤੁਸੀਂ ਕ੍ਰਾਸ ਕਰਾਓ ਕਮਾਂਡੋ ਦੇ ਬੱਚੇ ਸੇਵ ਕਰੋ ਠੀਕ ਆ ਗਾਂ ਨਸੀਬਾਂ ਮੁਕਦਰਾਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਹੁਣ ਜਿਨ੍ਹਾਂ ਨੂੰ ਰਖਾਈ ਹੋਈ ਆ ਉਹ ਕਹਿੰਦੇ ਜੇ ਅਰਸਲਾਨ ਭਾਈ ਚਿੱਟਾ ਕੁੱਤਾ ਕ੍ਰਾਸ ਕਰਾਉਣਾ ਮੈਂ ਕਿਹਾ ਭਾਈ ਰਾਤ ਦੇ ਟਾਈਮ ਰਾਜੇ ਦੀ ਵੀਡੀਓ ਬਣੀ ਸੀਗੀ ਤੇ ਜਾ ਕੇ ਲਾਈਵ ਦੇਖਦੇ ਨਾਲੇ ਦੋਸਤਾਂ ਨੂੰ ਸ਼ੌਕ ਕਰਾਉਂਦੇ ਆ ਕਿਉਂ ਵਾਰਸ ਭਾਈ ਤੇ ਜੇ ਉਹਨਾਂ ਦਾ ਭਾਈ ਦਿਲ ਹੋਊਗਾ ਉਹਨਾਂ ਕੋਲ ਕੁੱਤੀ ਲਿਆ ਕੇ ਭਾਈ ਤੇ ਕ੍ਰਾਸ
बारह लिया के फिर राजू की क्या ही बात है, राजू से देखिया भी है परखिया भी है सिर को उपर वालों भी जे मिक्स ब्लड हो जाए तो बच्चों की भी मैं कहना साढ़े तजर्बे के मुताबिक आपस गल कर रहे थी कि चस आ जाएगी तो बरहाल गल नसीबा की है हम तुम दसना जिदा करनी आप कर लें क्यों भाई वारस तो आ माधी का थोड़ा जहा दसो बाबा जी हूँ दरा बिल्ली बिल्ली तू बड़ी तेज आ ਨੈਥਪੁਰ ਭੱਟੀਆਂ ਤੋਂ ਗਈ ਆ ਮੈਂ ਝੰਗੋ ਲੈ ਕੇ ਆਇਆ ਸੀਗਾ ਉਹ ਗਈ ਸੀ ਨੈਥਪੁਰ ਭੱਟੀਆਂ ਤੋਂ ਇੱਕ ਸਾਰੇ ਇਲਾਕੇ ਚ ਨਿਓੜਦੇ ਇੱਕੋ ਹੀ ਵੱਜਦੇ ਸਾਰੇ ਪਿੱਛੋਂ ਪਛਾਣ ਤੁਰ ਪੋ ਬਲੈਡ ਨਾਲ ਇੱਕੋ ਹੀ ਨਿਕਲ ਆਉਂਦੀ ਆ ਆਹੋ ਬਾਕੀ ਵਿਲਾਇਤੀ ਹੁਣ ਬਹੁਤ ਇੱਕ ਸ਼ਾਇਦ ਸ਼ਿਕਾਰ ਤੋਂ ਇਲਾਵਾ ਰਿਛ ਰੁਛ ਲਾਈ ਕਿ ਸ਼ਿਕਾਰ ਹੀ ਬਾਈ ਲੱਗੀ ਸ਼ਿਕਾਰ ਹੀ ਖੇਡਦੀ ਬਾਕੀ ਸ਼ਿਕਾਰ ਰੱਖੀ ਮੈਂ ਕਹਿੰਦਾ ਖੀਰ ਕਰ ਗਈ ਇੱਥੇ ਨਜ਼ਾਰੇ ਕਰਾਤੇ ਇਹਨੇ ਹੁਣ ਮਿੰਟਾਂ ਹੀ ਦਾ ਦਿੱਤਾ ਨੇ ਚਸ ਕਰਾ ਛੱਡੀ ਰਾਜੂ ਦਾ ਆਇਆ ਵੀ ਬੰਦੇ ਨੂੰ ਪੈ ਜਾਂਦਾ ਵਾ ਹਾਂ ਬਾਕੀ ਤੁਹਾਨੂੰ ਥੋੜਾ ਜਿਹਾ ਛੱਡ ਕੇ ਦੋਨੋਂ ਵਿਖਾਉਂਦੇ ਆ ਨਹੀਂ ਰਹਿਣ ਦਿਓ ਸ਼ੁਕਰ ਮੇਲਾ ਹੀ ਸਹੀ ਰਹਿਣ ਦਿਓ ਤੁਸੀਂ ਮੈਨੂੰ ਤਾਂ ਦੰਦ ਦਿਖਾਓ ਇੱਕ ਮਿੰਟ ਤੁਸੀਂ ਮੈਨੂੰ ਤਾਂ ਦੰਦ ਦਿਖਾਓ ਤਾਂ ਕਿ ਤਜਰਬਾ ਕਰ ਬੰਦੇ ਇਹਦੀ ਭਾਈ ਉਮਰ ਦਾ ਅੰਦਾਜ਼ਾ ਕਰ ਸਕਣ ਮੁੜ ਕੇ ਕਹਿਣਾ ਵੇਖ ਲਓ ਭਾਈ ਕੁੱਤੀ ਦੇ ਦੰਦ ਵੀ ਵੇਖ ਲਓ ਆ ਲਓ ਠੀਕ ਹੈ ਸਲੀ ਕਰ ਲਈ ਜਾ ਲਓ ਵੇਖ ਲਓ ਆ ਲਓ ਹੁਣ ਤੁਸੀਂ ਕੁੱਤੀ ਦਾ ਦੰਦ ਵੇਖ ਲਿਆ ਜੇ ਤੁਸੀਂ ਹੁਣ ਕਮੈਂਟ ਕਰ ਦੱਸਣਾ ਜੀ ਕੁੱਤੀ ਦੀ ਉਮਰ ਕਿੰਨੀ ਹੋਣੀ ਹੈ ਤੇ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਨਫਰਮ ਕਰਕੇ ਦੱਸਾਂਗਾ ਜਨਾਬ ਇਹਦੀ ਉਮਰ ਕਿੰਨੀ ਹੈ ਤੁਹਾਨੂੰ ਪਤਾ ਚੱਲ ਚਲੋ ਇੱਕ ਵਾਰੀ ਬਾਡੀ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਭਾਈਆ ਵੇਖ ਲਓ ਜਸਾਮਤ ਵੀ ਵੇਖ ਲਓ ਇੱਕ ਵਾਰੀ ਇਹਦੀ ਠੀਕ ਹੈ ਅੱਜ ਜਸਾਮਤ ਵੀ ਚੈੱਕ ਕਰ ਲਓ ਆ ਵੇਖ ਲਓ ਹਰ ਲਿਹਾਜ਼ ਨਾਲ ਵੇਖ ਲਓ ਭਾਈ ਅੱਗੋਂ ਪਿੱਛੋਂ ਚੈੱਕ ਕਰ ਲਵੋ ਤੇ ਹੁਣ ਕਮੈਂਟ ਕਰਕੇ ਦੱਸੋ ਹਾਂ ਜ਼ਰਾ ਕਿੰਨਾ ਕੁ ਤੁਹਾਡਾ ਤਜਰਬਾ ਲੱਗ ਜਾਂਦਾ ਪਤਾ ਕਹਿੰਦੀ ਉਮਰ ਕਿੰਨੀ ਹੈ ਜਾਜੂ ਜੀ ਤੁਹਾਨੂੰ ਦੱਸ ਦਿੱਤੀ ਹੈ ਪਰ ਅਲੇ ਨਹੀਂ ਉਮਰ ਤੁਹਾਨੂੰ ਨਹੀਂ ਦੱਸੀ ਤੁਹਾਡੀ ਖਾਤਰ ਉਹ ਖੇਤਾਂ 'ਚ ਕਿੱਥੇ ਪੰਜਾਬ ਦਿਆਂ ਦੇ ਵਿੱਚ ਜਨਾਬ ਆਏ ਆ ਹੁਣ ਤੁਹਾਡਾ ਹੱਕ ਬਣਦਾ ਸੋਹਣਾ ਜਿਹਾ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਤੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਤੁਹਾਡੇ ਵੀਰ ਅਸਲਾਨ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜਿਹੜੇ ਕੋਈ ਮੇਰੇ ਵੀ ਸ਼ੌਕੀਨ ਦੋਸਤ ਨੇ ਪ੍ਰਦੇਸ਼ਾਂ 'ਚ ਬੈਠੇ ਸਾਡੀਆਂ ਵੀਡੀਓ ਨੇ ਸ਼ੌਕ ਪੂਰਾ ਕਰਦੇ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਮੇਰਾ ਵੀਡੀਓ ਵੇਖ ਰਿਹਾ ਜੇ ਫੀਮੇਲ ਦੀ ਏਜ ਕਿੰਨੀ ਆ ਇਹ ਤੁਸੀਂ ਦੱਸਣਾ ਤੁਹਾਡੇ ਵਾਸਤੇ ਚੈਲੰਜ ਆ ਮੰਨ ਜਾਵਾਂਗੇ ਜਨਾਬ ਤੁਹਾਨੂੰ ਅਗਲੀ ਵੀਡੀਓ ਤੁਹਾਡਾ ਨਾਮ ਲੈ ਕੇ ਬਕਾਇਦਾ ਸਾਡਾ ਸਕਰੀਨਸ਼ਾਟ ਮਾਰ ਕੇ ਦੱਸਾਂਗੇ ਕਿ ਇਸ ਬੰਦੇ ਦਾ ਵਾਕਿਆ ਤਜਰਬਾ ਨੇ ਦੱਸ ਦਿੱਤਾ ਫੀਮੇਲ ਦੀ ਇੰਨੀ ਕੁ ਉਮਰ ਆ ਤੇ ਇਨਸ਼ਾਅੱਲਾ ਨੈਕਸਟ ਵਲੌਗ 'ਚ ਮਿਲਾਂਗੇ ਫਿਰ ਅੱਲਾ ਹਾਫਿਜ਼।